ਮੇਰਾ ਨਾਂ ਸੰਦੀਪ ਕੌਰ। ਮੇਰੇ ਹਸਬੈਂਡ ਇਹਨਾਂ ਨੇ ਉਹ ਦੋਵਾਂ ਭਰਾਵਾਂ ਨੇ ਉਹਨਾਂ ਨੇ ਸਿੱਧੇ ਦਾਤਰ ਮਾਰੇ, ਮੈਂ ਅੰਦਰ ਹਾਂ ਅਤੇ ਜਦੋਂ ਮੈਂ ਉਹਨਾਂ ਨੂੰ ਛਡਾਉਣ ਗਈ ਹਾਂ ਤਾਂ ਮੇਰੇ ਵੀ ਆਪ ਸਿਰ 'ਚ ਇੱਟ ਮਾਰਤੀ ਉਹ ਕੁੜੀ ਨੇ। ਇਹ ਪਠਾਨ ਤੋਂ ਦਾ ਝਗੜਾ ਜੀ, ਹਾਂਜੀ, ਅਸੀਂ ਹੁਣ ਘਰ ਸਾਨੂੰ ਕੀ ਪਤਾ ਥਾਂ ਵਾ ਕੀ ਹਿਸਾਬ ਕਿਤਾਬ ਕੀ ਨਹੀਂ ਇਹਨਾਂ ਦਾ। ਮੈਂ ਤਾਂ ਇਹਨਾਂ ਨੂੰ ਛਡਾਉਣ ਗਈ ਹਾਂ ਤਾਂ ਮੇਰੇ ਵੀ ਇੱਟ ਮਾਰ, ਇਹਨਾਂ ਨੇ ਸਿੱਧੇ ਦੋਵਾਂ ਭਰਾਵਾਂ ਨੇ ਦਾਤਰ ਮਾਰੇ ਸਿਰ 'ਚ ਅਤੇ ਮੈਂ ਉੱਤੇ ਜਾ ਕੇ ਬਈ ਮੈਂ ਨਾਮ ਮਾਰੋ ਨਾਮ ਮਾਰੋ। ਹਾਂਜੀ ਮੈਂ ਮੇਰੇ ਹਸਬੈਂਡ ਨੇ, ਹਾਂਜੀ ਹਾਂਜੀ ਮੈਂਬਰ ਨੇ, ਹਾਂਜੀ ਹਾਂਜੀ ਪੰਚਾਇਤ ਮੈਂਬਰ, ਉਹਨਾਂ ਦੇ ਸਿਰ 'ਚ ਸਿੱਧੇ ਦਾਤਰ ਵੱਜੇ, ਸਿੱਧੇ ਦਾਤਰ ਮਾਰੇ, ਖੂਨ ਇੰਨਾ ਕਿ ਘਰ ਭਿੱਜੇ ਪਏ ਕੱਪੜੇ ਹਾਲੇ ਵੀ ਪਰਨੇ। ਪਲੈਟ ਥਾਂ ਥੂਂ ਦਾ ਕੋਈ ਝਗੜਾ ਜੀ, ਸਾਨੂੰ ਤਾਂ ਪਤਾ ਨਹੀਂ ਜੀ ਥਾਵਾਂ ਥੂਵਾਂ ਦਾ ਕੀ ਹਿਸਾਬ ਤਾਂ ਕੀ। ਹਾਂਜੀ ਮੈਂ ਸੰਦੀਪ ਕੌਰ, ਮੈਂ ਮੇਰੇ ਭਰਾ ਵਾ ਚਾਚੇ ਦੇ ਮੁੰਡੇ ਅਤੇ ਮੇਰਾ ਭਰਾ ਸੀ ਆਪਣੇ, ਅਸੀਂ ਪਰਿਵਾਰ ਇਹਦੇ ਦੇ ਧੱਕੇ ਨਾਲ, ਜਿਹੜਾ ਮੇਰਾ ਭਰਾ ਵਾ ਨਾ ਨਿੱਕਾ ਸੁਰਜੀਤ, ਉਹ ਵੀ ਸਾਡੇ ਵਿੱਚੋਂ ਹੀ ਆ, ਨਾਲ ਕਾਕੂ ਆ ਉਹ ਤਾਏ ਦਾ ਮੁੰਡਾ ਵਾ, ਅਤੇ ਉਹਨਾਂ ਨੇ ਧੱਕੇ ਨਾਲ ਥਾਂ ਵੱਲ ਦੀ ਕੋਸ਼ਿਸ਼ ਕਰਦੇ ਸੀ, 20-25 ਬਾਹਰੋਂ ਬੰਦੇ ਲਿਆਉਂਦੇ ਸੀ ਉਹਨਾਂ ਨੇ, ਅਤੇ ਅਸੀਂ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਗਾਂਹ ਹੋ ਗਏ ਵੀ ਤੁਸੀਂ ਇੱਦਾਂ ਨਾ ਕਰੋ। ਉਹਨਾਂ ਨੇ ਅਸਲਾ ਵੀ ਲਿਆਂਦਾ, 5 ਸੇਬ ਫੈਲ ਕੀਤੇ, 1 ਫੈਲ ਵੱਜਾ ਵਾ ਵੀਰ ਮੇਰੇ 'ਤੇ, ਉਹਦੇ ਗੋਲੀ ਵੱਜੀ ਆ, ਉਹਦਾ ਅਮਨਦੀਪ ਸਿੰਘ, 25 ਜਾਣੇ ਹੋਣੇ ਆ, 5 ਮਰਲੇ ਆ ਜੀ, 5 ਮਰਲੇ ਆ। ਹਾਂਜੀ 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 ਚਾਚੇ ਤਾਏ ਦੇ ਮੁੰਡੇ ਅਸੀਂ, ਵੀ ਪਰਿਵਾਰ ਅਸੀਂ ਬਾਹਰ ਦੇ ਬੰਦੇ ਨੇ ਬਥੇਰਾ ਆਖਿਆ ਵੀ ਸਾਡਾ ਆਪਣੇ ਚੀਜ਼ ਅਸੀਂ ਨਿਬੇੜ ਲਾਂਗੇ, ਪਰ ਉਹਨੇ ਹੱਲੇ ਦੇ ਬੰਦੇ ਸੱਦੇ, ਕਹਿੰਦਾ ਮੈਂ ਪੰਚਾਇਤ ਮੈਂਬਰ ਵਾਂ, ਮੈਂ ਜੋ ਮਰਜ਼ੀ ਕਰ ਸਕਦਾ ਵਾਂ। ਪਹਿਲਾਂ ਸਭ ਤੋਂ ਉਹਨੇ ਮੇਰੇ ਆ ਦਾਤਰ ਮਾਰਿਆ ਅਤੇ ਸ਼ੁਰੂ ਹੋਇਆ ਕੰਮ। ਅਸੀਂ ਜੀ 5-6 ਜਾਣੇ ਆ, ਇੱਕ ਚਾਚੇ ਦੇ ਮੁੰਡੇ ਦੇ ਵੀ ਹਰੇ ਵੱਜਾ ਵਾ, ਹਾਂਜੀ ਗੋਲੀ ਇੱਕੋ ਤੇ ਜੀ ਵੱਜੀ ਆ, ਤੇ 5-6 ਜਾਣੇ ਅਸੀਂ ਫੱਟੜ ਹੋਏ ਆ, ਘਰ ਦੇ ਵਿੱਚ ਹੀ ਆਣ ਕੇ ਜੀ ਪੈ ਗਏ 25-20 ਜਾਣੇ ਸੀ। ਗੋਲੀ ਉਹਦੇ ਜੀ ਇੱਧਰਲੇ ਪਾਸੇ ਸਾਤੀ ਦੇ ਵਿੱਚ, ਇੱਧਰਲੇ ਪਾਸੇ, ਹਾਂਜੀ ਉਹ ਬਾਹਰੋਂ ਹੱਲੇ ਦੇ ਬੰਦਾ ਸੱਦਿਆ ਸੀ, ਅਤੇ ਬਾਕੀ ਉਹਨੇ ਮੇਰੇ 'ਤੇ ਵੀ ਗੋਲੀ ਚਲਾਉਣ ਲੱਗਾ ਸੀ, ਥਾਂ ਮੈਨੂੰ ਮੇਰੇ ਭਰਾ ਨੇ ਉਠਾਉਣ ਕਰਤਾ ਮੈਨੂੰ, ਅਤੇ ਫੈਲ ਜਿਹੜਾ ਪੜੇ ਨੂੰ ਲੰਘ ਗਿਆ ਉੱਤੋਂ ਦੀ, ਅਤੇ ਵੀ ਇੱਕ ਪਤਾ ਨਹੀਂ ਵੀ ਇੱਕ ਗੇਟ ਸਾਡੇ ਨੂੰ ਵੱਜਾ, ਉਹ ਮੇਰੇ ਭਰਾ ਦੇ ਮਾਰਨ ਗਾ, ਅਤੇ ਉਹ ਪਤਾ ਨਹੀਂ ਵੀ ਚੱਲਿਆ ਗਿਆ ਅਤੇ ਫਿਰ ਉਹ ਤਾਂ ਨੂੰ ਲੰਘ ਗਏ ਉਹ ਵੀ ਪੜੇ। ਮੇਰਾ ਨਾਂ ਸੰਦੀਪ ਕੌਰ ਹੈ ਜੀ। ਮਰਲੇ ਜੇ ਆਪਾਂ ਉਹਨਾਂ ਨੂੰ ਕਿਹਾ ਕਿ ਸਾਡੇ ਘਰ ਦਾ ਮਸਲਾ ਆਪਾਂ ਨਿਬੇੜ ਲੈਂਦੇ ਬਹਿ ਕੇ, ਅਤੇ ਆਪਾਂ ਥਾਂ ਦੇਣ ਵੀ ਡੇ ਆ ਕਿ ਤੁਸੀਂ ਇੱਥੋਂ ਲੈ ਲਓ, ਜ਼ਬਰਦਸਤੀ ਦੂਜੇ ਥਾਂ 'ਤੇ ਕਬਜ਼ਾ ਕਰਨ ਫਿਰਨ ਡੇ ਜੇ, ਤਾਏ ਦੇ ਉਹਦੇ ਮੁੰਡੇ, ਇੱਕ ਤਾਏ ਦਾ ਇੱਕ ਚਾਚੇ ਦਾ ਮੁੰਡਾ ਸੁਰਜੀਤ ਸਿੰਘ, ਅਤੇ ਕਾਕੂ ਕਾਕੂ ਦੀ ਘਰ ਦੀ, ਅਤੇ ਸੰਦੀਪ ਸੁਰਜੀਤ ਦੀ ਘਰ ਦੀ, ਇਹ ਸਾਨੂੰ ਸਾਰੇ ਦਾਤਰ ਲੈ ਕੇ ਮਾਰਨ ਪੈ ਗਏ ਬਾਹਰੋਂ ਬੰਦੇ, 24-25 ਬੰਦੇ ਸੱਦੇ ਬਾਹਰੋਂ, ਨਾਲ ਉਹਨਾਂ ਕੋਲ ਅਸਲਾ ਸੀ, ਅਤੇ ਮੇਰੇ ਮਨਦੀਪ ਸਿੰਘ ਮੇਰੇ ਘਰ ਵਾਲੇ ਦੇ ਗੋਲੀ ਲੱਗ ਗਈ ਜੇ, ਹਾਂਜੀ, ਅਤੇ ਬਾਹਰੋਂ ਸਾਰੇ ਸੱਦੇ ਰਿਸ਼ਤੇਦਾਰ ਆਪਣੇ ਜਿੰਨੇ ਵੀ, ਹਾਂਜੀ 4-5 ਹੋ ਗਏ ਜੀ, ਬਹੁਤ ਬੁਰਾ ਹਾਲ ਜੀ, ਸਾਨੂੰ ਇਨਸਾਫ ਚਾਹੀਦਾ ਵਾ। ਇਹ ਪ੍ਰੋਪਰਟੀ ਡਿਸਪਿਊਟ ਸੀ, ਆਪਸੇ ਚਾਚੇ ਤਾਏ ਦੇ ਪੁੱਤ ਭਰਾ ਸੀ ਇਹ, ਇਹਨਾਂ ਦਾ ਪ੍ਰੋਪਰਟੀ ਦਾ ਡਿਸਪਿਊਟ ਸੀ, ਅਤੇ ਡਿਸਪਿਊਟ ਨੂੰ ਲੈ ਕੇ ਇਹਨਾਂ ਦੀ ਅੱਜ ਲੜਾਈ ਹੋਈ ਆ, ਅਤੇ ਲੜਾਈ ਦੌਰਾਨ ਜਿਹੜੇ 2 ਬੰਦੇ ਜ਼ਖਮੀ ਆ ਵਲੋਲ ਹੋਸਪਿਟਲ ਦਾਖਲ ਆ, ਅਤੇ ਕਾਨੂੰਨ ਦੇ ਮੁਤਾਬਕ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ। ਗੋਲੀ ਇੱਕ ਦੇ ਵੱਜੀ, ਇੱਕ ਦੇ ਸਿਰ 'ਚ ਵਿੱਚ ਸੱਟ ਵਾ, ਉਹ ਵੈਰੀਫਾਈ ਕਰ ਰਹੇ ਹਾਂ, ਵੈਰੀਫਾਈ ਕਰਕੇ ਸਾਰਾ ਜਿਹੜੇ ਤੱਥਾਂ ਦੇ ਆਧਾਰ 'ਤੇ ਜਿਹੜਾ ਸੁਰਜੀਤ ਸਿੰਘ
ਇੱਕ ਇੱਕ ਪੰਚਾਇਤ ਮੈਂਬਰ ਸੁਰਜੀਤ ਸਿੰਘ ਮੌਜੂਦਾ ਮੌਜੂਦਾ ਇਹ ਵੀ ਜ਼ਖਮੀ ਹੋਇਆ ਜੀ ਇਹ ਵੀ ਜ਼ਖਮੀ ਉਹਦੇ ਸਿਰ 'ਚ ਸੱਟ ਹੈ।